हाँ जी दोस्तों, मैकेनिकल लॉजिक तुहाडा सारा दा स्वागत है। अज दोस्तों आपां CNC दी स्पिंडल बाहर कट रहे आपां, इहदे बैरिंग खराब हो गया। जदों स्पीड फड़दा तो उस तो बाद इक तां ओवरटी आउंदी आ, ते दूसरा दोस्तों बहुत ज़्यादा गर्म हो जाता। तो अज आपां इहदा स्पिंडल बाहर कढ़ांगे। ये छोटी CNC आ, ਇਹਦੇ ਵਿੱਚੋਂ ਦੋਸਤੋ ਜਿਹੜਾ ਇਹਦਾ ਸਪਿੰਡਲ ਆ, ਅਤੇ ਇਹ ਪੂਰੀ ਕੈਵਿਟੀ ਹੁੰਦੀ ਆ, ਅਤੇ ਪੂਰੀ ਕੈਵਿਟੀ ਦੀ ਕੈਵਿਟੀ ਬਾਹਰ ਆਉਂਦੀ ਆ। ਕਿ ਆਮ ਜਿੱਦਾਂ ਆਪਾਂ ਖਰਾਸ ਜਾਂ ਕੋਈ ਹੋਰ ਚੀਜ਼ ਖੋਲਦੇ ਹਾਂ ਤਾਂ ਉਹਦਾ ਬੈਰਿੰਗ ਬਾਹਰ ਆ ਜਾਂਦੇ ਆ, ਅਤੇ ਸਪਿੰਡਲ ਵਾਲੀ ਅੱਗਲਿਓਂ ਰੋਡ ਬਾਹਰ ਆ ਜਾਂਦੀ ਆ। ਪਰ ਦੋਸਤੋ ਇਹਨੂੰ ਤੁਸੀਂ ਧਿਆਨ ਨਾਲ ਦੇਖੋ, ਅਤੇ ਇਹਦੇ ਵਿੱਚੋਂ ਨਾ ਇਹ ਬਾਡੀ ਦੇ ਵਿੱਚੋਂ ਪੂਰੇ ਦਾ ਪੂਰਾ ਪੀਸ ਹੀ ਬਾਹਰ ਨਿਕਲ ਜਾਂਦਾ, ਅਤੇ ਇਹੀ ਰਿਪੇਅਰ ਹੋ ਜਾਂਦਾ, ਅਤੇ ਜਾਂ ਫਿਰ ਇਹੀ ਨਵਾਂ ਪੈਂਦਾ। ਇਹ ਜਦੋਂ ਨਿਕਲ ਜਾਂਦਾ, ਇਸ ਤੋਂ ਬਾਅਦ 'ਚ ਦੋਸਤੋ ਖਾਲੀ ਬਾਡੀ ਰਹਿ ਜਾਂਦੀ ਆ CNC ਦੀ। ਅਤੇ ਹੁਣ ਅਸੀਂ ਦੋਸਤੋ ਇਹਨੂੰ ਬਾਹਰ ਕੱਢ ਰਹੇ ਹਾਂ, ਅਤੇ ਪਿੱਛੋਂ ਚੋਟ ਮਾਰ ਕੇ, ਅਤੇ ਪੂਰੇ ਦਾ ਪੂਰਾ ਇਹ ਦੇਖੋ ਦੋਸਤੋ ਪੀਸ ਬਾਹਰ ਆ ਰਿਹਾ। ਅਤੇ ਅਗਲੇ ਪਾਸੇ ਅਸੀਂ ਰੋਡ ਪਾਈ ਹੋਈ ਆ, ਜਿਹਦੇ ਕਰਕੇ ਇਹ ਥੋੜ੍ਹਾ ਸਿੱਧਾ ਰਹੇ, ਤਾਂ ਕਿ ਨਿਕਲਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਕਿਉਂਕਿ ਇਹ ਪੂਰਾ ਸਾਈਜ਼ ਬਿਲਕੁਲ ਮੈਕਰੋਨਿੰਗ ਸਾਈਜ਼ ਹੁੰਦਾ, ਕਿਉਂਕਿ ਜੇ ਥੋੜ੍ਹਾ ਬਹੁਤਾ ਇੱਧਰ ਟੇਢਾ ਮੇਢਾ ਹੋਊਗਾ ਤਾਂ ਇਹਨੇ ਨਿਕਲਣਾ ਨਹੀਂ। ਹੁਣ ਤੁਸੀਂ ਸੋਚੋਗੇ ਵੀ ਟੇਢਾ ਮੇਢਾ ਕਿੱਦਾਂ, ਅਤੇ ਜਦੋਂ ਹੁਣ ਦੋਸਤੋ ਇਹ ਬਾਹਰ ਨਿਕਲੂਗਾ, ਉਸ ਤੋਂ ਬਾਅਦ 'ਚ ਮੈਂ ਤੁਹਾਨੂੰ ਇਹਦੀ ਬਾਡੀ ਦਿਖਾਉਣਾ, ਅਤੇ ਜਦੋਂ ਤੁਸੀਂ ਬਾਡੀ ਨੂੰ ਦੇਖੋਗੇ ਉਹਦੇ ਵਿੱਚ ਜਿਹੜਾ ਸਾਈਜ਼ ਕੀਤਾ ਹੋਇਆ ਨਾ, ਇਹ ਦੇਖੋ ਸਪਿੰਡਲ ਹੁਣ ਬਾਹਰ ਆ ਗਿਆ ਆਪਣਾ, ਅਤੇ ਪੂਰੇ ਦਾ ਪੂਰਾ। ਅਤੇ ਇਹ ਵਾਲੀ ਦੋਸਤੋ ਬਾਡੀ ਦੀ ਗੱਲ ਕਰ ਰਿਹਾ ਮੈਂ, ਇੱਕ ਤਾਂ ਇੱਧਰ ਸਾਈਜ਼ ਬਣਿਆ ਹੋਇਆ ਵਿੱਚੋਂ ਖਾਲੀ ਹੈ, ਅਤੇ ਦੂਸਰਾ ਦੂਸਰੀ ਸਾਈਡ 'ਤੇ ਉੱਧਰੋਂ ਵੀ ਇਸੇ ਤਰ੍ਹਾਂ ਹੀ ਆ, ਇਸ ਸਾਈਡ ਤੋਂ, ਅਤੇ ਇੱਧਰੋਂ ਵੀ ਇਸ ਜਗ੍ਹਾ 'ਤੇ, ਅਤੇ ਉਹ ਦੂਸਰੀ ਜਗ੍ਹਾ। ਮਤਲਬ ਇਹ ਜਿਹੜਾ ਬੋਰ ਕੀਤਾ ਹੋਇਆ ਦੋਸਤੋ, ਇਹ ਵਾਲਾ ਪੂਰੇ ਦਾ ਪੂਰਾ ਸਪਿੰਡਲ ਇਹ ਮਸ਼ੀਨ ਦੇ ਵਿੱਚੋਂ ਦੇ ਵਿੱਚ ਗ੍ਰਿਪ ਕੀਤਾ ਹੁੰਦਾ। ਅਤੇ ਹੁਣ ਆਪਾਂ ਦੋਸਤੋ ਇਹ ਸਪਿੰਡਲ ਨੂੰ ਖੋਲ੍ਹ ਰਹੇ ਹਾਂ। ਸਪਿੰਡਲ ਦੇ ਵਿੱਚ ਵੀ ਅਜੇ ਹੋਰ ਦੋ ਸਲੀਬਾਂ ਨੇ, ਮਤਲਬ ਜਿਹੜੀ ਪਹਿਲਾਂ ਸਲੀਵ ਕੱਢੀ ਆ, ਹੁਣ ਇਹ ਕਿਸਮ ਦੀ ਸਲੀਵ ਹੀ ਆ ਜਿਹਨੂੰ ਆਪਾਂ ਕੈਵਿਟੀ ਕਹਿ ਰਹੇ ਹਾਂ। ਅਤੇ ਇਹ ਦੋਸਤੋ ਹੁਣ ਆਪਾਂ ਇਹਨੂੰ ਵਿੱਚੋਂ ਬਾਹਰ ਕੱਢ ਰਹੇ ਹਾਂ। ਇਹਦੇ ਵਿੱਚ ਦੋਸਤੋ ਬੈਰਿੰਗ ਲੱਗੇ ਹੋਏ ਨੇ, ਦੋ ਬੈਰਿੰਗ ਇੱਧਰ ਲੱਗੇ ਹੋਏ ਨੇ ਅਤੇ ਦੋ ਬੈਰਿੰਗ ਪਿੱਛੇ ਲੱਗੇ ਹੋਏ ਨੇ। ਅਤੇ ਇਹ ਦੋ ਜਿਹੜੇ ਬੈਰਿੰਗ ਹੁੰਦੇ ਆ ਦੋਸਤੋ, ਇਹ ਥੋੜ੍ਹਾ ਕਾਫੀ ਕੋਸਟਲੀ ਹੁੰਦੇ ਆ। ਇਹ ਇਹਨਾਂ ਨੂੰ ਜਿਹੜੀ ਗਰੀਸ ਵੀ ਕੀਤੀ ਜਾਂਦੀ ਆ, ਉਹ ਆਮ ਗਰੀਸ ਨਹੀਂ ਹੁੰਦੀ, ਉਹ ਕਲੁੱਬਰ ਦੀ ਗਰੀਸ ਹੁੰਦੀ ਆ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਜਿਉਂ ਜਿਉਂ ਦਿਖਾਵਾਂਗੇ। ਅਤੇ ਲਓ ਜੀ ਦੋਸਤੋ, ਇਹ ਆਪਾਂ ਹੁਣ ਬਾਹਰ ਕੱਢ ਲਿਆ, ਅਤੇ ਇਹਦੀ ਹਾਲਤ ਦੇਖੋ ਕੀ ਹੋਈ ਪਈ ਆ, ਅਤੇ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ। ਅਤੇ ਇਹਨਾਂ ਨੂੰ ਦੋਸਤੋ ਜਿਹੜਾ ਗਰੀਸ ਕੀਤਾ ਜਾਂਦਾ, ਵਨ ਟਾਈਮ ਹੀ ਕੀਤਾ ਜਾਂਦਾ, ਅਤੇ ਉਸ ਤੋਂ ਬਾਅਦ 'ਚ ਇਹਨਾਂ ਨੂੰ ਗਰੀਸ ਨਹੀਂ ਹੁੰਦਾ। ਅਤੇ ਇੱਕੇ ਵਾਰੀ ਜਦੋਂ ਗਰੀਸ ਜਿੰਨੀ ਦੇਰ ਚੱਲਦਾ, ਅਤੇ ਉਹਦੀ ਉਹੀ ਲਾਈਫ ਆ। ਅਤੇ ਹੁਣ ਆਪਾਂ ਦੋਸਤੋ ਇਹਦੇ ਬੈਰਿੰਗ ਕੱਢ ਰਹੇ ਹਾਂ ਆਪਾਂ ਬਾਹਰ, ਅਤੇ ਜਿਹੜਾ ਉੱਪਰ ਵਾਲੀ ਸਲੀਵ ਦੇ ਨਾਲ ਟੱਚ ਹੋਏ ਹੁੰਦੇ ਬੈਰਿੰਗ, ਅਤੇ ਇਹ ਦੋਸਤੋ ਆਪਾਂ ਪਿੱਛੋਂ ਲੱਕੜ ਦੀ ਮਦਦ ਨਾਲ ਵੀ ਕੱਢ ਸਕਦੇ ਹਾਂ, ਅਤੇ ਤੁਸੀਂ ਕੋਈ ਪਲਾਸਟਿਕ ਦੀ ਚੀਜ਼ ਦੇ ਨਾਲ ਵੀ ਕੱਢ ਸਕਦੇ ਹੋ। ਉਹ ਇਸ ਕਰਕੇ ਕਿ ਅੰਦਰਲੇ ਪਾਸੇ ਕੋਈ ਚੋਟ ਲੱਗ ਕੇ ਕਿਸੇ ਕਿਸਮ ਦੀ ਮਤਲਬ ਡੈਮੇਜ ਨਾ ਹੋ ਜਾਵੇ, ਅਤੇ ਇਹਦੇ ਕਰਕੇ ਅਸੀਂ ਦੋਸਤੋ ਲੱਕੜ ਦਾ ਸਹਾਰਾ ਲਿਆ, ਅਤੇ ਇਹ ਦੋਸਤੋ ਬੈਰਿੰਗ ਕੱਢਤੇ ਆ। ਬੈਰਕਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਢਿੱਲ ਸੀਗੀ, ਅਤੇ ਹੁਣ ਉਸ ਤੋਂ ਬਾਅਦ 'ਚ ਦੋਸਤੋ ਇਹਦੇ ਅੱਗੇ ਇੱਕ ਪਲੇਟ ਲੱਗੀ ਹੁੰਦੀ ਆ ਸਪਿੰਡਲ ਨੂੰ, ਜਿਹੜੀ ਪਕੜ ਕੇ ਰੱਖਦੀ ਆ CNC ਦੀ ਬਾਡੀ ਦੇ ਵਿੱਚ। ਅਤੇ ਹੁਣ ਉਹਨੂੰ ਕੱਢਣ ਤੋਂ ਪਹਿਲਾਂ ਆਪਾਂ ਨੂੰ ਇਹ ਦੋ ਬੈਰਿੰਗ ਬਾਹਰ ਕੱਢਣੇ ਪੈਣੇ ਆ, ਅਤੇ ਇੱਕ ਇਹ ਦੋਸਤੋ ਉਹ ਰਿੰਗ ਪਾਇਆ ਹੁੰਦਾ, ਤਾਂ ਕਿ ਜਦੋਂ ਪਾਣੀ ਚੱਲਦਾ ਅੰਦਰ ਕੂਲੈਂਟ ਚੱਲਦਾ, ਅਤੇ ਉਹ ਕੂਲੈਂਟ ਉਸਦੇ ਅੰਦਰ ਨਾ ਜਾਵੇ। ਅਤੇ ਹੁਣ ਆਪਾਂ ਜਿਹੜੀ ਇਹ ਪਲੇਟ ਸੀਗੀ, ਅਤੇ ਉਹ ਪਲੇਟ ਨੂੰ ਵੀ ਆਪਾਂ ਬਾਹਰ ਕੱਢ ਰਹੇ ਹਾਂ। ਅਤੇ ਇਹਦੇ ਵਿੱਚ ਵੀ ਇੱਕ ਸਾਈਜ਼ ਬਣਿਆ ਹੁੰਦਾ ਦੋਸਤੋ, ਕਿ ਅਗਰ ਜੇ ਵਾਟਰ ਦਾ ਪ੍ਰੈਸ਼ਰ ਕੂਲੈਂਟ ਦਾ ਪ੍ਰੈਸ਼ਰ ਵੀ ਜ਼ਿਆਦਾ ਹੋਊਗਾ, ਤਾਂ ਉਹ ਤਾਂ ਵੀ ਅੰਦਰ ਨਹੀਂ ਜਾਊਗਾ, ਕਿਉਂਕਿ ਇਹਦੇ ਵਿੱਚ ਇੱਕ ਗਰੂਵ ਦਿੱਤਾ ਹੁੰਦਾ। ਉਹ ਗਰੂਵ ਦੇ ਵਿੱਚ ਇਹ ਦੋਸਤੋ ਜਿਹੜੀ ਇਹ ਵਾਲੀ ਪਲੇਟ ਆ, ਇਹ ਫਿੱਟ ਹੋਈ ਹੁੰਦੀ ਆ ਇਸ ਜਗ੍ਹਾ 'ਤੇ। ਆਹ ਦੇਖੋ ਗਰੂਵ ਪਾਏ ਹੋਏ ਨਾ ਦੋ, ਅਤੇ ਇਸੇ ਤਰ੍ਹਾਂ ਉਹ ਗਰੂਵ ਦੂਸਰੇ ਪਲੇਟ ਦੇ ਵਿੱਚ ਨੇ, ਅਤੇ ਇਹ ਆਪਸ ਦੇ ਵਿੱਚ ਮਤਲਬ ਕਿ ਕੂਲੈਂਟ ਨੂੰ ਅੰਦਰ ਜਾਣ ਤੋਂ ਕਾਫੀ ਰੋਕਦੇ ਆ। ਹੁਣ ਇਹ ਵਾਲਾ ਦੋਸਤੋ ਜਿਹੜਾ ਬੈਰਿੰਗ ਸੀ,
ये साडा डैमेज सीगा टुटिया होया सी ते हुण आपां इहनूं भी बाहर कढ रहे हां ते हुण इस तों बाद दे विच आपां जिहड़ा स्पिंडल दे विच जिहड़ी कंगणी फसी आ दोस्तो ते उहनूं भी बाहर कढण लगे हां ते इस तों बाद च दोस्तो आपां हुण इहनूं सारा क्लीन करांगे सारा साफ करके डीजल दे नाल ते इस तों बाद दे विच हुण आपां इहदे विच आपां हुण नवें बैरिंग फिट करांगे। हुण आ देखो दोस्तो आपां बिल्कुल प्लेट नूं भी एन क्लीन कर लिया ते सारे इहदे जिन्ने भी पार्ट सीगे उहनां सारिआं नूं आपां क्लीन कर लिया ते उस तों बाद दे विच हुण आपां इहदी फिटिंग शुरू करांगे। ते इह वाली दोस्तो जिहड़ी प्लेट सीगी ते पहलां इहनूं फिट कर लैणा इहदे विच ते उस तों बाद थोड़ा घुमा के देख लो तुसीं ते उस तों बाद दे विच दोस्तो जिहड़े बैरिंग ने ਅਤੇ ਉਹਨਾਂ ਨੂੰ ਹੁਣ ਆਪਾਂ ਫਿੱਟ ਕਰਾਂਗੇ ਵਨ ਬਾਈ ਵਨ ਅਤੇ ਇਹ ਥੋੜ੍ਹੇ ਜਿਹੇ ਦੋਸਤੋ ਇਹਨਾਂ ਨੂੰ ਬੈਰਿੰਗਾਂ ਨੂੰ ਧਿਆਨ ਨਾਲ ਫਿੱਟ ਕਰਨਾ ਹੁੰਦਾ। ਇਹ ਵਾਲੀ ਦੋਸਤੋ ਧਿਆਨ ਨਾਲ ਦੇਖੋ ਤੁਸੀਂ ਇਹ ਵਾਲੀ ਜਿਹੜੀ ਆਪਣੇ ਸਲੀਵ ਆ ਇਹਦੇ ਵਿੱਚ ਨਾ ਬੈਰਿੰਗਾਂ 'ਤੇ ਜ਼ਿਆਦਾ ਨਿਸ਼ਾਨ ਆ ਗਏ, ਮਤਲਬ ਕਿ ਇਹ ਦੋਨੀ ਸਾਈਡ ਦੋਸਤੋ ਇਹਦੇ ਵਿੱਚ ਜਿੱਥੇ ਬੈਰਿੰਗ ਫਿੱਟ ਹੁੰਦਾ ਉਹ ਜਗ੍ਹਾ ਥੋੜ੍ਹੀ ਦੱਬ ਗਈ ਆ ਅਤੇ ਹੁਣ ਇਹ ਵੈਸੇ ਜਾਂ ਤਾਂ ਨਵਾਂ ਹੀ ਪਊਗਾ ਅਤੇ ਆਪਾਂ ਇਹਨੂੰ ਫਿਰ ਵੀ ਇੱਕ ਵਾਰ ਰਿਪੇਅਰ ਕਰਾਂਗੇ। ਅਤੇ ਇਹਦੇ ਵਿੱਚ ਜੇ ਦੋਸਤੋ ਲੂਜ਼ ਹੋ ਗਿਆ ਬੈਰਿੰਗ ਤਾਂ ਫਿਰ ਉਹ ਪ੍ਰੋਬਲਮ ਫਿਰ ਵੀ ਨਹੀਂ ਹਟੂ ਕਿਉਂਕਿ ਜਾਂ ਤਾਂ ਓਵਲਟੀ ਆਊਗੀ ਅਤੇ ਜਾਂ ਫਿਰ ਸਾਈਜ਼ ਦੇ ਵਿੱਚ ਜਦੋਂ ਆਪਾਂ ਮੰਨ ਲਓ ਜਿੱਦਾਂ ਬੈਰਿੰਗ ਦਾ ਚੈਕ ਨਾ ਢਿੱਲਾ ਹੋ ਜਾਂਦਾ ਅਤੇ ਉਹ ਛਾਵਟ ਵਿੱਚੋਂ ਲੂਜ਼ ਹੁੰਦੀ ਆ ਉਸ ਤਰ੍ਹਾਂ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ। ਇਹ ਵਾਲੀ ਦੋਸਤੋ ਕਲੂਪਰ ਦੀ ਗਰੀਸ ਆ ਅਤੇ ਇਹ ਵਾਲੇ ਦੋਸਤੋ ਜਿਹੜੇ ਬੈਰਿੰਗ ਨੇ ਇਹ ਤੁਹਾਨੂੰ ਮੈਂ ਦੱਸਿਆ ਹੀ ਆ ਪਹਿਲਾਂ ਹੀ ਕਿ ਸੈਲਫ ਲਾਈਨ ਬੈਰਿੰਗ ਜਿਹੜੇ ਅਤੇ ਇਹ ਕਾਫੀ ਕੋਸਟਲੀ ਹੁੰਦੇ ਨੇ ਅਤੇ ਇਹਨਾਂ ਵਾਸਤੇ ਜਿਹੜੀ ਗਰੀਸ ਆਉਂਦੀ ਆ ਇਹ ਦੋਸਤੋ ਕਲੂਬਰ ਦੀ ਗਰੀਸ ਕਹਿੰਦੇ ਆ ਅਤੇ ਇਹ ਟਿਊਬ ਦੇ ਵਿੱਚ ਆਉਂਦੀ ਆ ਅਤੇ ਇਹਦੀ ਲਾਈਫ ਕਾਫੀ ਜ਼ਿਆਦਾ ਹੁੰਦੀ ਆ ਅਤੇ ਇਹ ਗਰੀਸ ਨੂੰ ਆਪਾਂ ਹੁਣ ਇਹਦੇ ਵਿੱਚ ਫਿੱਲ ਕਰ ਦੇਣਾ ਅਤੇ ਇਸ ਨੂੰ ਦੋਸਤੋ ਚੰਗੀ ਤਰ੍ਹਾਂ ਇਹਦੇ ਵਿੱਚ ਭਰ ਦੇਣਾ ਆਪਾਂ ਗਰੀਸ ਤਾਂ ਕਿ ਜਿਹੜਾ ਬੈਰਿੰਗ ਆ ਪਹਿਲਾਂ ਤਾਂ ਇਹ ਬਿਲਕੁਲ ਬੈਰਿੰਗ ਦੇ ਵਿੱਚ ਕੋਈ ਗਰੀਸ ਨਹੀਂ ਹੁੰਦਾ ਅਤੇ ਇਹਦਾ ਡਾਇਗਰਾਮ ਆ ਤੁਸੀਂ ਰੋਕ ਕੇ ਇਹਨੂੰ ਦੇਖ ਸਕਦੇ ਹੋ ਬੈਰਿੰਗ ਦਾ ਅਤੇ ਹੁਣ ਆਪਾਂ ਬੈਰਿੰਗ ਦੇ ਵਿੱਚ ਗਰੀਸ ਭਰਤੀ ਆ ਅਤੇ ਜਿਹੜਾ ਦੂਸਰਾ ਬੈਰਿੰਗ ਸੀਗਾ ਦੋਸਤੋ ਅਤੇ ਹੁਣ ਆਪਾਂ ਇਹਨੂੰ ਵੀ ਆਪਾਂ ਫਿੱਟ ਕਰਨ ਲੱਗੇ ਹਾਂ ਅਤੇ ਉੱਪਰਲੀ ਸਾਈਡ ਦੋਸਤੋ ਥੋੜ੍ਹਾ ਜਿਹਾ ਮਤਲਬ ਬੈਰਿੰਗ ਹੁੰਦਾ ਇੱਕ ਥੱਲੇ ਹੁੰਦਾ ਤਾਂ ਕਰਕੇ ਟਾਈਟ ਹੁੰਦਾ ਵਿੱਚੋਂ ਇਹ ਜਿਹੜੀ ਸਲੀਵ ਆ ਇਹ ਲੂਜ਼ ਹੁੰਦੀ ਹੈ ਅਤੇ ਹੁਣ ਆਪਾਂ ਇਹ ਦੋਸਤੋ ਜਿੰਨੀ ਕੁ ਗਰੀਸ ਚੋਟ ਮਾਰਨ ਕਰਕੇ ਬਾਹਰ ਆ ਗਈ ਸੀ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਫਿੱਲ ਕਰਤਾ ਅਤੇ ਹੁਣ ਆਪਾਂ ਦੋਸਤੋ ਇਹਨੂੰ ਬਿਲਕੁਲ ਇਹਦੇ ਨਾਲ ਮਿਲਾ ਦਾਂਗੇ ਕਿਉਂਕਿ ਜਿਹੜੇ ਦੋ ਬੈਰਿੰਗ ਨੇ ਇਹ ਦੋ ਦੋ ਦਾ ਸੈੱਟ ਹੈ ਅਤੇ ਆਹ ਵਾਲੀ ਦੋਸਤੋ ਸਲੀਵ ਅਤੇ ਇਹਦੇ ਵਿੱਚ ਇਹ ਸਲੀਵ ਖਾਲੀ ਜਗ੍ਹਾ ਜਿਹੜੀ ਉਹਨੂੰ ਕਵਰ ਕਰਦੀ ਆ ਅਤੇ ਇਹ ਸਲੀਵ ਪੈਂਦੀ ਆ ਇਹਦੇ ਉੱਪਰ ਦੋਸਤੋ ਇੱਕ ਸਲੀਵ ਹੋਰ ਪੈਂਦੀ ਆ ਅਤੇ ਜਿਹੜੀ ਇਹ ਬੈਰਿੰਗ ਦੀ ਉੱਪਰਲੀ ਕੰਗਣੀ ਨੂੰ ਸਪੋਰਟ ਰੱਖਦੀ ਆ ਅਤੇ ਇੱਕ ਦੋਸਤੋ ਨੀਚੇ ਵਾਲੀ ਕੰਗਣੀ ਨੂੰ ਸਪੋਰਟ ਰੱਖਦੀ ਆ ਅਤੇ ਤਾਂ ਕਿ ਜਿਹੜੇ ਬੈਰਿੰਗ ਨੇ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਸਥਿਰ ਰਹਿਣ ਅਤੇ ਹੁਣ ਆਪਾਂ ਦੋਸਤੋ ਜਿਹੜਾ ਬੈਰਿੰਗ ਆ ਦੂਸਰਾ ਇਹਨੂੰ ਵੀ ਆਪਾਂ ਫਿੱਟ ਕਰ ਲਿਆ ਅਤੇ ਇਸ ਤੋਂ ਬਾਅਦ 'ਚ ਹੁਣ ਆ ਗਈ ਵਾਰੀ ਚੌਥੇ ਬੈਰਿੰਗ ਦੀ ਅਤੇ ਇਸ ਨੂੰ ਵੀ ਆਪਾਂ ਗਰੀਸ ਕਰ ਲਿਆ ਸੀਗਾ ਅਤੇ ਹੁਣ ਆਪਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਵੀ ਫਿੱਟ ਕਰ ਰਹੇ ਹਾਂ ਅਤੇ ਚੋਟ ਦੋਸਤੋ ਥੋੜ੍ਹਾ ਧਿਆਨ ਨਾਲ ਮਾਰਨੀ ਆ ਉਹ ਵੀ ਸਿਰਫ ਅੰਦਰਲੀ ਕੰਗਣੀ ਦੇ ਉੱਤੇ ਹੀ ਚੋਟ ਲੱਗੇ ਉਸ ਤੋਂ ਬਾਅਦ ਦੋਸਤੋ ਉੱਪਰਲੀ ਮੇਨ ਸਲੀਵ ਅਤੇ ਜਿਹਦੇ ਨਾਲ ਇਹ ਪੂਰਾ ਸਪਿੰਡਲ ਤਿਆਰ ਹੋ ਜਾਂਦਾ ਅਤੇ ਇਹਨੂੰ ਵੀ ਦੋਸਤੋ ਇਸੇ ਤਰ੍ਹਾਂ ਨੀਚੇ ਪੂਰਾ ਬਿਠਾ ਦੇਣਾ ਆਪਾਂ ਅਤੇ ਇਹ ਆਪਣਾ ਸਪਿੰਡਲ ਸੀਗਾ ਦੋਸਤੋ ਇਹ ਆਪਾਂ ਰਿਪੇਅਰ ਕੀਤਾ ਜਿਹੜਾ ਅੰਦਰ ਅਤੇ ਇਹ ਜ਼ਿਆਦਾਤਰ ਸੀ ਐੱਨ ਸੀ ਵਾਲੇ ਮਤਲਬ ਰਿਪੇਅਰ ਨਹੀਂ ਦਿਖਾਉਂਦੇ ਇਹਦੀ ਅਤੇ ਇਹ ਜ਼ਿਆਦਾਤਰ ਨਵਾਂ ਹੀ ਪਾਉਂਦੇ ਆ ਉਹ ਮਤਲਬ ਕਿ ਇਹ ਕਹਿੰਦੇ ਆ ਵੀ ਇਹਦੀ ਜਿਹੜੀ ਕੁਆਲਿਟੀ ਨਹੀਂ ਆਉਣੀ ਹੈਗੀ ਅਤੇ ਹੁਣ ਆਪਾਂ ਦੋਸਤੋ ਇਹਨੂੰ ਆਪਾਂ ਫਿੱਟ ਕਰਤਾ ਅਤੇ ਉਦੋਂ ਬਾਅਦ 'ਚ ਬੋਲਟਿੰਗ ਅਗਲੇ ਪਾਸਿਓਂ ਕਰ ਦਿੱਤੀ ਹੈ ਖੋਲ੍ਹਣ ਲੱਗੇ ਹਮੇਸ਼ਾ ਨਿਸ਼ਾਨ ਲਗਾ ਕੇ ਰੱਖੋ ਜਿੱਥੋਂ ਆਪਾਂ ਖੋਲ੍ਹਿਆ ਅਤੇ ਉਸੇ ਤਰ੍ਹਾਂ ਹੀ ਇਹਨੂੰ ਦੋਸਤੋ ਫਿੱਟ ਕਰਨਾ ਅਤੇ ਇਹਦੇ 'ਚ ਇੱਕ ਨੀਚੇ ਸੁਰਾਖ ਹੁੰਦਾ ਅਤੇ ਤੁਹਾਨੂੰ ਮੈਂ ਅੱਗੇ ਦਿਖਾਉਣਾ ਅਤੇ ਅਦਰਵਾਈਜ਼ ਜੇ ਉਹਦੇ 'ਚ ਥੋੜ੍ਹਾ ਬਹੁਤਾ ਵੀ ਪਾਣੀ ਚਲਾ ਜਾਵੇ ਤਾਂ ਉਹ ਸੁਰਾਖ ਰਾਹੀਂ ਦੋਸਤੋ ਨੀਚੇ ਉੱਤਰ ਜਾਂਦਾ ਇਹਦੇ ਅੰਦਰ ਨਹੀਂ ਜਾਂਦਾ ਹੈ। ਹੁਣ ਆਪਾਂ ਵਨ ਬਾਈ ਵਨ ਸਾਰੀਆਂ ਐਲਕੀ ਵੋਲਟ
ਅਤੇ ਨਾਲ ਪਲੇਟ ਜਿਹੜੀ ਸੀਗੀ ਉਹ ਟਾਈਟ ਕਰ ਲਈ ਆ। ਅਤੇ ਹੁਣ ਦੋਸਤੋ ਆਪਾਂ ਇਹਦਾ ਕਰਾਂਗੇ ਚੈਕਨਟ ਫਿੱਟ। ਚੈਕਨਟ ਦੇ ਵਿੱਚ ਦੋਸਤੋ ਇੱਕ ਚੀਜ਼ ਦੇਖਣ ਵਾਲੀ ਆ, ਇਹਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ, ਇੱਕ ਪਿੱਤਲ ਦਾ ਪੀਸ ਲੱਗਿਆ ਹੁੰਦਾ ਬਰਾਊਨ ਦਾ, ਅਤੇ ਇਹਦੇ ਵਿੱਚ ਦੋਸਤੋ ਜਿਹੜਾ ਪੀਸ ਆ ਇਹ ਜਦੋਂ ਆਪਾਂ ਐਲਕੀ ਬੋਲਟ ਗ੍ਰਫ ਸਕਰੂ ਨੂੰ ਟਾਈਟ ਕਰਦੇ ਹਾਂ, ਆ ਤੁਸੀਂ ਧਿਆਨ ਨਾਲ ਦੇਖੋ ਇਹਦੇ ਵਿੱਚ ਨਾ ਥੋੜ੍ਹਾ ਨਿਸ਼ਾਨ ਦਿਖਦਾ ਹੋਊ ਤੁਹਾਨੂੰ ਪੀਲਾ ਪੀਲਾ, ਅਤੇ ਇਹ ਚੂੜੀ ਦੇ ਵਿੱਚੇ ਦੋਸਤੋ ਤਿਆਰ ਕੀਤਾ ਹੋਇਆ। ਅਤੇ ਜਦੋਂ ਆਪਾਂ ਇਹਨੂੰ ਚੈਕਰਟ ਨੂੰ ਟਾਈਟ ਕਰ ਦਾਂਗੇ, ਉਦੋਂ ਬਾਅਦ ਐਲਕੀ ਬੋਲਟ ਨਾਲ ਇਹਨੂੰ ਆਪਾਂ ਟਾਈਟ ਕਰਾਂਗੇ ਤਾਂ ਉਹ ਚੂੜੀ ਨੂੰ ਗ੍ਰਿਪ ਕਰ ਲਊਗਾ ਉੱਥੋਂ, ਕਿ ਅੰਦਰ ਜਾ ਕੇ ਉਹ, ਅਤੇ ਮਤਲਬ ਚੂੜੀ ਦੇ ਵਿੱਚ ਥੋੜ੍ਹਾ ਜਿਹਾ ਧੱਸ ਜਾਊਗਾ। ਹੁਣ ਆਪਾਂ ਐਲਕੀ ਦੇ ਨਾਲ ਇਹ ਟਾਈਟ ਕਰ ਦੇਣਾ। ਇਹ ਜਿਹੜਾ ਚੈਕਰਟ ਆ ਦੋਸਤੋ ਇਹ ਪੂਰਾ ਪੂਰਾ ਸਾਈਜ਼ ਦੇ ਵਿੱਚ ਬਣੇ ਹੋਣ ਕਰਕੇ ਨਾ, ਅਤੇ ਇਹਨਾਂ ਨੇ ਸੁਰਾਖ ਹੀ ਦਿੱਤਾ ਹੋਇਆ, ਜਿਹੜੀ ਬਾਹਰਲੀ ਸਲੀਵ ਆ ਇਹਦੇ ਵਿੱਚ ਹੀ ਐਲਕੀ ਪੈ ਕੇ, ਅਤੇ ਉਹ ਚੈਕਰਟ ਦੇ ਵਿੱਚ ਚੈਕਰਟ ਨੂੰ ਟਾਈਟ ਕਰਦੀ ਆ। ਅਤੇ ਇਹ ਤਿੰਨ ਲੱਗੇ ਹੁੰਦੇ ਨੇ ਚੈਕਰਟ ਨੂੰ ਲੌਕ, ਅਤੇ ਇਹਨੂੰ ਆਪਾਂ ਲੌਕ ਕਰਤਾ। ਲੌਕ ਕਰਨ ਤੋਂ ਬਾਅਦ ਦੋਸਤੋ ਹੁਣ ਆਪਾਂ ਮਸ਼ੀਨ ਦੇ ਵਿੱਚ ਇਹਨੂੰ ਫਿੱਟ ਕਰਾਂਗੇ ਆਪਾਂ। ਅਤੇ ਹੁਣ ਆਪਾਂ ਤਿਆਰੀ ਕਰ ਲਈ ਆ ਫਿੱਟ ਕਰਨ ਦੀ, ਅਤੇ ਹੁਣ ਆਪਾਂ ਉੱਧਰੋਂ ਸਿੱਧਾ ਰੱਖ ਕੇ ਇਹਨੂੰ, ਵੀ ਉਸ ਤੋਂ ਬਾਅਦ ਵਿੱਚ ਫਿਰ ਚੋਟ ਮਾਰ ਕੇ ਅੰਦਰ ਪੂਰਾ ਫਿੱਟ ਕਰਾਂਗੇ। ਅਤੇ ਆਪਾਂ ਦੋਸਤੋ ਇੱਥੇ ਵੀ ਆਪਾਂ ਲੱਕੜੀ ਵਰਤਣੀ ਆ, ਅਤੇ ਜਾਂ ਕੋਈ ਨਰਮ ਚੀਜ਼ ਵਰਤਣੀ ਆ ਤਾਂ ਕਿ ਅਗਲੇ ਪਾਸੇ ਕੋਈ ਚੋਟ ਵੱਜਣ ਨਾਲ ਕੋਈ ਨਿਸ਼ਾਨ ਜਾਂ ਕੋਈ ਪ੍ਰੋਬਲਮ ਨਾ ਹੋ ਜਾਵੇ ਆਪਾਂ ਨੂੰ, ਕਿਉਂਕਿ ਬਹੁਤ ਐਕੋਰੇਸੀ ਦਾ ਕੰਮ ਹੁੰਦਾ। ਅਤੇ ਜਦੋਂ ਇਹ ਦੋਸਤੋ ਵਿੱਚ ਪੈ ਜਾਂਦਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਮਤਲਬ ਬੁਸ਼ ਟਾਈਪ ਹੀ ਹੁੰਦਾ, ਇਹ ਵਿੱਚ ਆਰਾਮ ਨਾਲ ਫਿਰ ਫਿੱਟ ਹੋ ਜਾਂਦਾ। ਲਓ ਜੀ ਹੁਣ ਆਪਾਂ ਇਹ ਬਿਲਕੁਲ ਫਿੱਟ ਕਰਤਾ, ਅਤੇ ਇਸ ਤੋਂ ਬਾਅਦ 'ਚ ਜਿਹੜੇ ਇਹਦੇ ਅਗਲੇ ਬੋਲਟ ਨੇ ਇਹ ਦੋਸਤੋ ਬੋਡੀ ਦੇ ਵਿੱਚ ਇਹਨੂੰ ਗ੍ਰਿਪ ਕਰਦੇ ਆ, ਅਤੇ ਹੁਣ ਆਪਾਂ ਉਹ ਵਾਲੇ ਬੋਲਟ ਜਿਹੜੇ ਨੇ ਉਹ ਵਿੱਚ ਪਾ ਦੇ ਆ। ਅਤੇ ਸਪਿੰਡਲ ਨੂੰ ਆਪਾਂ ਘੁਮਾ ਕੇ ਦੇਖਿਆ ਅਤੇ ਠੀਕ ਆ। ਅਤੇ ਹੁਣ ਆਪਾਂ ਇਹ ਜਿਹੜੇ ਬੋਲਟ ਨੇ ਇਹ ਦੋਸਤੋ ਬੋਡੀ ਵਾਲੇ, ਅਤੇ ਇਹ ਵੀ ਆਪਾਂ ਬਿਲਕੁਲ ਟਾਈਟ ਕਰ ਦੇਣੇ ਨੇ। ਅਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜਿਹੜੇ ਇਹਦਾ ਪਿੱਛੇ ਲੱਗਣਾ ਸਮਾਨ ਉਹਨੂੰ ਫਿੱਟ ਕਰਾਂਗੇ। ਇਹ ਵਾਲੀ ਸੀ ਐੱਨ ਸੀ ਅਤੇ ਇਹ ਵਾਲੀ ਪਲੇਟ ਆ ਦੋਸਤੋ। ਇਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਨੇ ਜਿਹੜੀ ਅੱਗੇ ਬੈਲਟ ਵਾਲੀ ਪੁਲੀ ਪਾਤੀ ਸੀ, ਅਤੇ ਹੁਣ ਉਸ ਤੋਂ ਬਾਅਦ 'ਚ ਇੱਕ ਪਲੇਟ ਲੱਗਦੀ ਆ, ਜਿਹਦੇ ਨਾਲ ਦੋਸਤੋ ਆਪਣਾ ਹਾਈਡ੍ਰੋਲਿਕ ਸਿਸਟਮ ਵੀ ਨਾਲ ਫਿੱਟ ਹੋਣਾ ਹੁੰਦਾ, ਅਤੇ ਇੱਧਰਲੇ ਪਾਸੇ ਚੱਕਾ ਫਿੱਟ ਹੋਣਾ। ਅਤੇ ਹੁਣ ਆਪਾਂ ਇਹ ਪਲੇਟ ਲਗਾ ਕੇ ਅਤੇ ਇਹਨੂੰ ਆਪਾਂ ਬਿਲਕੁਲ ਟਾਈਟ ਕਰ ਦਾਂਗੇ। ਅਤੇ ਜਿਹੜੀ ਇਹ ਦੋਸਤੋ ਛਾਵਟ ਹੁਣ ਬਾਹਰ ਆ, ਅਤੇ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਨਹੀਂ ਸੀਗੀ ਅੱਗੇ ਜੀ, ਤਾਂ ਬੈਲਟ ਲੱਗਦੀ ਆ, ਅਤੇ ਉਹ ਵਾਲੀ ਪੁਲੀ ਆਹ ਵਾਲੀ, ਅਤੇ ਇਹ ਥੋੜ੍ਹਾ ਪਹਿਲਾਂ ਉਹ ਹੋ ਗਿਆ ਸੀ। ਅਤੇ ਹੁਣ ਆਪਾਂ ਇਹਨੂੰ ਫਿੱਟ ਕਰਦੇ ਹਾਂ, ਅਤੇ ਇਹਦੇ ਵਿੱਚ ਜਿਹੜੀ ਆਹ ਦੰਦੇ ਲੱਗੇ ਨੇ ਦੋਸਤੋ, ਇਹ ਟਾਈਮਿੰਗ ਵਾਲੀ ਬੈਲਟ ਲੱਗਦੀ ਆ ਇੱਥੇ, ਅਤੇ ਇਹ ਉੱਪਰ ਜਦੋਂ ਚੱਲਦੀ ਆ ਆਪਣੀ ਮਸ਼ੀਨ ਤਾਂ ਉਹਨੂੰ ਟਾਈਮਿੰਗ ਦੇ ਨਾਲ ਮਤਲਬ ਦੱਸਦੀ ਆ, ਬ੍ਰੇਕ ਲਾਉਂਦੀ ਆ। ਅਤੇ ਹੁਣ ਆਪਾਂ ਦੋਸਤੋ ਚੈਕਨਟ ਟਾਈਟ ਕਰਾਂਗੇ। ਇੱਕ ਹੋਰ ਚੈਕਨਟ ਹੁੰਦਾ ਇਹਦੇ ਮਗਰ, ਅਤੇ ਇਹ ਵੀ ਡਬਲ ਚੈਕਨਟ ਹੁੰਦਾ, ਅਤੇ ਇਹ ਦੂਸਰੀ ਤਰ੍ਹਾਂ ਦਾ ਹੁੰਦਾ ਦੋਸਤੋ। ਇਹਦੇ ਵਿੱਚ ਐਲਕੀ ਬੋਲਟ ਦੇ ਨਾਲ ਇਹਨੂੰ ਟਾਈਟ ਕਰਕੇ, ਅਤੇ ਐਲਕੀ ਬੋਲਟ ਨਾਲ ਹੀ ਇਹਨੂੰ ਲੌਕ ਕੀਤਾ ਜਾਂਦਾ। ਇਹਦੇ ਵਿੱਚ ਦੋ ਫਾੜ ਕੀਤੇ ਹੁੰਦੇ ਆ ਮਤਲਬ, ਅਤੇ ਉਹ ਜਦੋਂ ਆਪਾਂ ਟਾਈਟ ਕਰਦੇ ਹਾਂ ਤਾਂ ਉਹ ਥੋੜ੍ਹਾ ਜਿਹਾ ਚੂੜੀ ਦੇ ਵਿੱਚ ਆਪਸ 'ਚ ਟਾਈਟ ਹੋ ਜਾਂਦੇ ਆ। ਅਤੇ ਹੁਣ ਆਪਾਂ ਆਪਣੀ ਮਸ਼ੀਨ ਦੋਸਤੋ ਤਿਆਰ ਆ, ਅਤੇ ਵੀਡੀਓ ਕਿੱਦਾਂ ਦੀ ਲੱਗੀ